ਨਿੰਦੀ ਭਾਈ ਮੈਂ ਤੁਹਾਨੂੰ ਇਹ ਪੁੱਛੂੰਗਾ ਕਿ ਵੀ ਤੁਹਾਡੀ ਹੁਣ ਤੱਕ ਜਿਹੜੀ ਲਾਈਫ ਆ ਤੇ ਉਹਦੇ ਵਿੱਚ ਐਸਾ ਕਿਹੜਾ ਤੁਸੀਂ ਯਾਦਗਾਰੀ ਪਾਲਾ ਤੁਹਾਡੇ ਵਿੱਚ ਜਿਹੜਾ ਤੁਸੀਂ ਅੱਜ ਤੱਕ ਭੁੱਲ ਨਹੀਂ ਸਕੇ ਵੀ ਯਾਰ ਆਹ ਮੈਂ ਕੰਮ ਕਰਨ ਵਾਸਤੇ ਪੈਦਾ ਹੋਇਆ ਸੀ ਮੈਂ ਕਰਤਾ ਜਾਂ ਵੀ ਯਾਰ ਆਹ ਚੀਜ਼ ਆ ਵੀ ਹੁਣ ਤੱਕ ਮੈਂ ਆਹ ਇੱਕ ਰੀਚ ਕੀਤੀ ਹੈ ਤੇ ਇਸ ਤੋਂ ਬਾਅਦ ਮੈਂ ਹੁਣ ਅੱਗੇ ਵਧੂੰਗਾ ਵੀ ਜਿਵੇਂ ਸਚਿਨ ਕਹਿੰਦਾ ਕਿ ਮੈਂ 200 ਨੰਬਰ ਬਣਾਇਆ ਫਿਰ ਉਹ ਬੰਦੇ ਦੇ ਭੁੱਖ ਹੁੰਦੀ ਵੀ 200 ਟਾਰਗੇਟ ਮੈਂ ਕਰਤਾ ਹੁਣ ਮੈਂ 201 ਕਰ ਰੱਬ ਨੇ ਨਾ ਮੈਨੂੰ ਉਹੀ ਕੁਝ ਦਿੱਤਾ ਜਿਵੇਂ ਪਹਿਲਾਂ ਸੀਗਾ ਮੈਨੂੰ ਮੈਂ ਨਸ਼ੇ ਚਾਲੇ ਕਬੱਡੀ ਖੇਡਦੇ ਪਹਿਲਾਂ ਤੇ ਸਰਕਲ ਥੋੜੀ ਥੋੜੀ ਸਟਾਰਟ ਕੀਤੀ ਸੀ ਅਸੀਂ ਸਾਡਾ ਨਾ ਫੌਜੀਆਂ ਨਾਲ ਮੈਚ ਲੱਗਦਾ ਸੀ ਸੰਗਰੂਰ ਅੱਛਾ ਉਹ ਜਦੋਂ ਉਹਨਾਂ ਦੀ ਗੇਮਾਂ ਹੁੰਦੀਆਂ ਨਾ ਉਹ ਫ੍ਰੈਂਡਲੀ ਮੈਚ ਲਾਉਣ ਆ ਜਾਂਦੇ ਉਹ ਜਦੋਂ ਆਉਂਦੇ ਮੈਚ ਵਧੀਆ ਸੀ ਨੈਸ਼ਨਲ ਵੀ ਖੇਡਿਆ ਮੈਂ ਇੱਕ ਦੋ ਨੈਸ਼ਨਲ ਨਾਲ ਖੇਡਿਆ ਹਨਾ ਤੇ ਮੈਂ ਤਕੜਾ ਖੇਡਦੇ ਮੈਂ ਹੈਰਾਨ ਹੈ ਉਹਨਾਂ ਨੂੰ ਇਕੱਲੇ ਹੀ ਹਨਾ ਵਧੀਆ ਖੇਡਦਾ ਸੀ ਮੈਂ ਤੇ ਮੁੜ ਕੇ ਉਹ ਮੈਨੂੰ ਕਹਿੰਦੇ ਵੀ ਤੈਨੂੰ ਭਰਤੀ ਕਰਨਾ ਸੀ ਇੱਦਾਂ ਅੱਛਾ ਫੌਜ ਫੌਜ ਅੱਛਾ ਤੇ ਭਾਈ ਘਰ ਦੇ ਵੀ ਕਹਿੰਦੇ ਭਰਤੀ ਹੋ ਠੀਕ ਆ ਤੇ ਲੱਭੀ ਉਦੋਂ ਅਕੈਡਮੀ ਹੁੰਦਾ ਸੀ ਹਨਾ ਮੈਂ ਉਦੋਂ ਹੈ ਨਹੀਂ ਸੀ ਅਜੇ ਤੇ ਮੁੜ ਕੇ ਫਿਰ ਜਦੋਂ ਭਰਤੀ ਦਾ ਕਿਹਾ ਉਹਨਾਂ ਨੇ ਲੱਭੀ ਇੰਗਲੈਂਡ ਚੱਲੇ ਮੈਂ ਉਹਨੂੰ ਮਤਲਬ ਵੀ ਟਿਕਟ ਦੇ ਪੈਸੇ ਦੇਣ ਗਿਆ ਟਿਕਟ ਦੇ ਪੈਸੇ ਦੇਣ ਗਿਆ ਤੇ ਲੱਭੀ ਮੈਨੂੰ ਕਹਿੰਦਾ ਵੀ ਭਰਤੀ ਹੋਣਾ ਤਾਂ ਮੇਰੇ ਅੱਖਾਂ 'ਚ ਬਣੀ ਆ ਗਿਆ ਮੇਰਾ ਜੀ ਨਹੀਂ ਕਰਦਾ ਭਰਤੀ ਹੋਣ ਯਾਰ ਮੈਂ ਤਾਂ ਕਬੱਡੀ ਖੇਡਣੀ ਹੈ ਨਾ ਅਤੇ ਫਿਰ ਲੱਭੀ ਨੇ ਉਹਨਾਂ ਨੂੰ ਕਿਹਾ ਜਿਹੜੇ ਮੁੰਡੇ ਸੀਗੇ ਉੱਥੇ ਨਾ ਕਹਿੰਦੇ ਵੀ ਟਰਾਇਲ ਦਵਾ ਦੇ ਇਹਦੇ ਜੋ ਟਰਾਇਲ ਹੋਏ ਮਤਲਬ ਵੀ ਉਹ ਗਿਆ ਜਦੋਂ ਗਿਆ ਇੰਗਲੈਂਡ ਖੇਡਣ ਗਏ ਚਾਰ 'ਚ ਫਿਰ ਮੈਂ ਉੱਥੇ ਨੈਸ਼ਨਲ ਟਰਾਇਲ ਦੇ ਟਰਾਇਲ ਸਰਕਲ ਨਾਲ ਖੇਡਦਾ ਸੀ ਮੈਂ ਫਿਰ ਉੱਥੋਂ ਕਾਲਜ ਵੱਲੋਂ ਮੈਂ 3 ਸਾਲ ਗੋਲਡ ਅੰਮ੍ਰਿਤਸਰ ਯੂਨੀਵਰਸਿਟੀ 'ਚ ਸਰਕਲ ਦਾ ਅਤੇ 3 ਸਾਲ ਗੋਲਡ ਨੈਸ਼ਨਲ 'ਚ ਅਤੇ ਉਸ ਤੋਂ ਬਾਅਦ ਫਿਰ ਸੋਚਿਆ ਵੀ ਚੱਲ ਵੀ ਅਕੈਡਮੀ ਵਿੱਚ ਖੇਡਣ ਲੱਗ ਜਾਈਏ ਨਾ ਅਕੈਡਮੀ 'ਚ ਕਰਾ ਤੇ ਰੱਬ ਨੇ ਫਿਰ ਸੋਚਿਆ ਬਾਹਰ ਜਾਈਏ ਫਿਰ ਬਾਹਰ ਵੱਗ ਗਏ ਨਾ ਫਿਰ ਅਸੀਂ ਬਾਹਰ ਜਾ ਕੇ ਵੀ ਵੈਸਟ ਕੋਸਟ ਨਿਕਲੇ ਹਨਾ ਉਹ ਵੀ ਖੜਾ ਤੇ ਬਾਬੇ ਜੋ ਚਾਹਿਆ ਕਿਹੜੇ ਸੀਜ਼ਨ ਦੇ ਬੈਸਟ ਨਿਕਲੇ ਤੁਸੀਂ ਮੈਂ 2010 ਦੇ ਸੀਜ਼ਨ ਦਾ ਬੈਸਟ ਸੀ ਬੈਂਕੋਕ ਸਾਰੇ ਦਾ ਸਾਰੇ ਦਾ 99 ਜੱਫੇ 99 ਤੇ ਟੱਚ ਮੇਰੇ ਥੋੜ੍ਹੀ ਸੀਗੇ ਨਹੀਂ ਅੱਛਾ ਅੱਛਾ ਠੀਕ ਹੈ ਅਤੇ ਮੁੜ ਕੇ ਇੱਕ ਮੈਂ ਖੇਡ ਨਿਕਲਿਆ ਅਮੈਰਿਕ ਅਮਰੀਕਾ ਸੀਜ਼ਨ ਦਾ ਬੈਸਟ ਅੱਛਾ 2016 2016 'ਚ ਅੱਛਾ ਉਦੋਂ ਬਾਅਦ ਬੰਦਾ ਬ੍ਰਾਂਡ ਜਿਹਾ ਬਣ ਜਾਂਦਾ ਸੀਜ਼ਨ ਦਾ ਨਿਕਲਦਾ ਹੈ ਨਾ ਕੱਪਾਂ ਦਾ ਨਿਕਲਦਾ ਜਦੋਂ 2009 'ਚ ਗਿਆ ਮੈਂ ਉਦੋਂ ਬਾਅਦ ਜੋ 2010 'ਚ ਨਿਕਲਿਆ ਮੈਂ ਉੱਥੇ ਇੱਕ ਫੋਟੋ ਆਉਂਦੀ ਹੁੰਦੀ ਪਹਿਲਾਂ ਸੁਪਰ ਸਟਾਰ 'ਚ ਪਾਉਂਦੇ ਹੁੰਦੇ ਉਹ ਕਬੱਡੀ ਵਾਲੇ ਆਲੀ ਕਬੱਡੀ ਵਾਲੇ ਹਾਂ 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 ਰੋਜ਼ ਮੇਰੀ ਫੋਟੋ ਆਈ ਫਿਰ ਬੜੀ ਖੁਸ਼ੀ ਹੋਈ ਮੈਨੂੰ ਯਾਰ ਵੀ ਮੇਰਾ ਵੀ ਇੱਕ ਵੀ ਜੀ ਸਫਲ ਹੋ ਗਿਆ ਹਾਂ ਬਸ ਬਾਬੇ ਨੂੰ ਜੋ ਮੰਗਿਆ ਉਹ ਦੇ ਗਿਆ ਹਨਾ ਜੋ ਵੀ ਮੰਗਿਆ ਹੁੰਦਾ ਕੋਈ ਮਿਲਿਆ ਫਿਰ ਉਸ ਤੋਂ ਬਾਅਦ ਆਪਣਾ ਐਂ ਹੁੰਦਾ ਸੀ ਵੀ ਚੱਲ ਕਬੱਡੀ ਖੇਡੀ ਜਾਂਦਾ ਯਾਰ ਵੀ ਕੱਲ੍ਹ ਨੂੰ ਕੀ ਕਰਾਂਗੇ ਹਨਾ ਅਤੇ ਫਿਰ ਆਪਣਾ ਭਰਾ ਇੱਕ ਮੀਕਾ ਜੋਲ ਬਾਈ ਠੀਕ ਆ ਉਹ ਮੈਨੂੰ ਕਹਿੰਦਾ ਤੇਰੇ ਭਾਈ ਬੰਦੀ ਤੌਰ 'ਤੇ ਮੈਂ ਪੇਪਰ ਪਾਉਂਦਾ ਮਤਲਬ ਵੀ ਕਬੱਡੀ ਤੋਂ ਬਾਅਦ ਕਬੱਡੀ ਜਦੋਂ ਤੁਸੀਂ ਖੇਡਦੇ ਹੋ ਅਜੇ ਤਾਂ ਪੈਸੇ ਆਉਂਦੇ ਰਹਿੰਦੇ ਆ ਬਾਅਦ 'ਚ ਉਸ ਤੋਂ ਬਾਅਦ ਔਖਾ ਹੋ ਜਾਂਦਾ ਕਿਉਂਕਿ ਤੁਹਾਡਾ ਇੱਕ ਲਾਈਫ ਸਟਾਈਲ ਜਿਹੜਾ ਹੈਗਾ ਉਹ ਸੈਟਅਪ ਵੀ ਹੋ ਜਾਂਦਾ ਨਾ ਤੁਹਾਡਾ ਸਟਾਰਡਮ ਹੁੰਦਾ ਅਮਰੀਕਾ ਦਾ ਵੀ ਹੈਗਾ ਹੀ ਮਤਲਬ 10 ਸਾਲ ਦਾ ਅਤੇ ਉਹ ਬਾਈ ਨੇ ਪੇਪਰ ਪਾਏ ਫਿਰ ਮੇਰੇ ਫੈਮਿਲੀ ਦਾ ਵੀ ਮੇਰੀ ਗੁੜੀਆ ਦਾ ਵਾਈਫ ਦਾ ਫਿਰ ਸਾਡੇ 10-10 ਸਾਲ ਦੇ ਵੀਜ਼ੇ ਲੱਗ ਗਏ ਬਾਈ ਨੂੰ ਹੁਣ ਬਾਈ ਨਿੰਦੀ ਬੇਨਲੇ ਦੇ ਨਾਲ ਪਿੰਡ ਵੱਲ ਰਵਾਨਾ ਬਾਈ ਸਤਿ ਸ਼੍ਰੀ ਅਕਾਲ ਹਾਂਜੀ 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 ਮਸਤੂਣਾ ਸਾਹਿਬ ਅਤੇ ਹਾਂਜੀ ਟਰਾਇਲ ਅਸੀਂ ਹੁਣੇ ਲੈ ਲਿਆ ਬਾਈ ਹਰਿਆਂ ਨੇ ਮੈਨੂੰ ਤਾਂ ਬਸ ਇਹਨਾਂ ਨੇ ਮਾਨ ਜਿਹਾ ਬਖਸ਼ਤਾ ਕੰਮ ਕਰਾਇਆ ਬਹੁਤ ਕੇ ਮੈਨੂੰ ਬਾਈ ਕਹਿੰਦਾ ਸੀਗਾ ਵੀ ਤੂੰ ਨਾ ਆਈ ਗਰਮੀ ਬਹੁਤ ਆ ਤੂੰ ਕੱਲ੍ਹ ਆ ਜੀ ਮੈਂ ਕਿਹਾ ਨਹੀਂ ਜੀ ਮੈਂ ਆਉਣਾ ਹੀ ਆਉਣਾ ਅਤੇ ਫਿਰ ਉਹ ਇੱਦਾਂ ਕਰਕੇ ਡਿਊਟੀਆਂ ਸੰਭਾਲਦੀਆਂ ਜਾ ਰਹੇ ਤੇ ਸਰੀਰ ਕੰਡਮ ਸੀ ਆਦੇ ਬਹੁਤ ਇੰਜੋਏ ਕੀਤਾ ਬਾਈ ਅੱਜ ਹਾਂ ਸੇਵਾ ਪਾਈ ਯਾਰ ਇੱਕ ਸ਼ੁਰੂਆਤ ਬੜੀ ਵਧੀਆ ਹੋਈ ਨਾ ਬਾਬੇ ਦੀ ਜਗ੍ਹਾ ਤੋਂ ਹਨਾ ਹਨਾ ਬਾਬੇ ਜਗ੍ਹਾ ਦੀ ਕਿਰਪਾ ਨਾਲ ਬਹੁਤ ਵਧੀਆ ਹੋਇਆ ਜੀ 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 ਮੁੰਡੇ ਫਿਰਦੇ ਨੇ ਆਪਣੇ ਹਾਂ ਬਾਬੇ ਦੀ ਇਤਿਹਾਸਕ ਜਗ੍ਹਾ ਯਾਰ ਬੜਾ ਕਮਾਲ ਹੈ ਆਹ ਵੇਖੋ ਮਸਤੂਆਣਾ ਬਾਬੇ ਦਾ ਇੱਧਰ ਰੇਡਰ ਜੀ ਆਪਣਾ ਮਨਦੀਪ ਸਿੰਘ ਬੇਨੜਾ
ਮੇਰਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹਾਂਜੀ ਹਾਂਜੀ ਇਹ ਆਏ ਨੇ ਕਿੱਥੋਂ ਆਏ ਬਾਈ ਦੱਸੋ ਇਹ ਬਾਈ ਪੂਰੀ ਕੇ ਦਾਦੀ ਦੇ ਬੂਟ ਓਕੇ ਹਾਂਜੀ ਹਰ ਥਾਂ 'ਤੇ ਹਰ ਪਿੰਡਾਂ ਦੇ ਵਿੱਚ ਬਾਈ ਨਿੰਦੀਨਾ ਇਤਿਹਾਸਕ ਥਾਵਾਂ ਦੇ ਹੈ ਨਾ ਆਹ ਜਿਹੜੀਆਂ ਚੀਜ਼ਾਂ ਇਹ ਸਾਨੂੰ ਸਾਡੇ ਸ਼ਹੀਦਾਂ ਦੀਆਂ ਗੱਲਾਂ ਯਾਦ ਕਰਾਉਂਦੀਆਂ ਸਾਡੇ ਚੇਤਿਆਂ ਦੇ ਵਿੱਚ ਵੱਸਦੀਆਂ ਹੈ ਨਾ ਅਤੇ ਇਹਦੇ ਤੋਂ ਅਸੀਂ ਫਿਰ ਆਪਦੀ ਅਣਖ ਨੂੰ ਵੀ ਗੁੜਤੀ ਦਿੰਦੇ ਹਾਂ ਵੀ ਸਾਡੇ ਬਾਬਿਆਂ ਨੇ ਆਹ ਕੁਛ ਕੀਤਾ ਅਤੇ ਇਹਦੇ ਵਰਗੀਆਂ ਅਸੀਂ ਪਹਿਲਾਂ ਤਾਂ ਮੰਨਦੇ ਹੁੰਦੇ ਸੀ ਵੀ ਐਵੇਂ ਬਣਾਈ ਜਾਂਦੇ ਆ ਪਰ ਅੱਜ ਪਤਾ ਲੱਗਦਾ ਯਾਰ ਹਾਂ ਇਤਿਹਾਸ ਵੀ ਪਤਾ ਲੱਗਦਾ ਨਾ ਅਸੀਂ ਕਦੇ ਮੁੰਡਿਆਂ ਤੋਂ ਸੁਣਦੇ ਹੁੰਦੇ ਸੀਗੇ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਪਲੇਅਰ ਹੋ ਗਿਆ ਅਤੇ ਪਰ ਸਾਡੀ ਉਹਨੇ ਨਾ ਵੀ ਕਿਸੇ ਨੇ ਸੁਣੀ ਨਹੀਂ ਸਾਡੀ ਅਤੇ ਵੀ ਸਾਡੀ ਬਾਂਹ ਨਹੀਂ ਫੜੀ ਅਤੇ ਤੁਹਾਡੇ ਪਿੰਡ ਦੇ ਵਿੱਚ ਮਤਲਬ ਵੀ ਕੀ ਪਰਿਸਥਿਤੀ ਇਸ ਤਰ੍ਹਾਂ ਦੀ ਸਾਡੇ ਬਾਈ ਹੁਣ ਵੀ ਕੈਂਪ ਚੱਲ ਰਿਹਾ ਜੀ ਕੈਂਪ 'ਚ ਮੁੰਡੇ ਆਏ ਸੀ ਜਿਹੜੇ ਮੰਡੀ 'ਚ ਆਏ ਸੀ ਅੱਛਾ ਆਪਣੇ ਇਹਨਾਂ ਦੇ ਵਿੱਚ ਹੋ ਗਏ ਹਰਦੀਪ ਹੈਪੀ ਹਰਿੰਦਰ ਅਤੇ ਦੋ ਮੁੰਡੇ ਸਾਡੇ ਕੋਲ ਭੋਜੋ ਵਾਲੀ ਤੋਂ ਆਉਂਦੇ ਨੇ ਸਾਡੇ ਪਿੰਡ ਕੈਂਪ ਦੋ ਉਹ ਹੋ ਗਏ ਆਪਣੇ ਪੰਜ ਬੰਦੇ 'ਚ ਸਿਲੈਕਟ ਹੋਏ ਜੀ ਮਤਲਬ ਤੁਸੀਂ ਜਿੰਨਾ ਕੁਛ ਇਹਦੇ ਵਾਸਤੇ ਕਰ ਸਕਦੇ ਹੋ ਆਪਦੇ ਪਿੰਡ ਦੇ ਪਲੇਅਰਾਂ ਵਾਸਤੇ ਕਰਦੇ ਹੋ ਹਾਂਜੀ ਬਾਈ ਸਾਡੀ ਜਗਤਾਰ ਬਾਈ ਹੈ ਜੀ ਜਿਹੜਾ ਸਾਨੂੰ ਪਹਿਲਾਂ ਖੜਾਉਣਾ ਛੋਟੇ ਹੁੰਦੇ ਹਨ ਉਹ ਬਾਈ ਦਾ ਹੁਣ ਕੈਂਪ ਲਾਇਆ ਹੋਇਆ ਅੱਛਾ ਠੀਕ ਹੈ ਤੋਂ ਆਇਆ ਉੱਥੇ ਠੀਕ ਹੈ ਠੀਕ ਹੈ ਠੀਕ ਹੈ ਹੁਣ ਕੀ ਖਵਾਓਗੇ ਜੀ ਬਜ਼ੁਰਗੋ ਅੱਜ ਮਰਜ਼ੀ ਕਹੋ ਫਿਰ ਵੀ ਬਾਬੇ ਦਾ ਮੁੰਡਾ ਸਿਲੈਕਟ ਹੋਇਆ ਅੱਜ ਲੀਗ 'ਚ ਇਹ ਬਾਬਾ ਜੀ ਦਾ ਮੁੰਡਾ ਹੈ ਬਾਬਾ ਜੀ ਗੁਰਦੁਆਰੇ ਦਾ ਮੁੰਡਾ ਹੈ ਹਾਂਜੀ ਪਿੰਡ ਦਾ ਸੱਤ ਦਰਵਾਜ਼ਾ ਨਿੰਦੀ ਨਿੰਦੀ ਕੌਡੀ ਖੇਡਦਾ ਮੁੰਡਾ ਤੇ ਉਹ ਕਿੱਥੇ ਹੁੰਦਾ ਉਹ ਅੱਜ ਕਿਵੇਂ ਬੰਦਾ ਉਹ ਠੀਕ ਹੈ ਵਧੀਆ ਤੇ ਉਹਨਾਂ ਫਿਰ ਪਾਰਟੀ ਪੂਰਟੀ ਕਰਦਾ ਤੁਹਾਨੂੰ ਖੁਸ਼ੀ ਹੁੰਦੀ ਹੈ ਪੂਰੀ ਵੀ ਪਿੰਡ ਦਾ ਨਾਂ ਬਣਦਾ ਹਾਂਜੀ ਠੰਡੇ ਠੰਡੇ ਪੀਤੇ ਛੋਟੇ ਹੁੰਦਿਆਂ ਨੇ ਸਾਨੂੰ ਘਰ ਦੇ ਕਹਿੰਦੇ ਪੱਲੀਆਂ ਵਸਾ ਦੋ ਗੋਲੀਆਂ ਦਾ ਪੱਤਾ ਹੁੰਦਾ ਹੁੰਦਾ ਸੀ ਉਦੋਂ ਗੋਲੀਆਂ ਦਾ ਪੱਤਾ ਪਿਆਵਾਂਗੇ ਨਾ ਅਸੀਂ ਪੱਲੀਆਂ ਵਸਾਈਆਂ ਨੇ ਅਤੇ ਗੋਲੀਆਂ ਦੇ ਪੱਤੇ ਪੀ ਜਾਂਦੇ ਗਿੰਦੂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਗਿੰਦੂ ਕੌਣ ਹੈ ਤੁਹਾਡੇ 'ਚ ਜੀ ਤੁਹਾਡਾ ਯਾਰ ਕਹਿੰਦਾ ਮੇਰੇ ਯਾਰ ਨੂੰ ਬੁਲਾ ਕੇ ਲੈ ਕੇ ਆ ਨਿੰਦੀ ਭਾਅ ਜੀ ਹਾਂਜੀ ਹਾਂਜੀ ਹੋਰ ਠੀਕ ਹੈ ਜੀ ਅਤੇ ਤੁਹਾਡੇ ਪਿੰਡ ਦਾ ਇੱਕ ਮੁੰਡਾ ਨਿੰਦੀ ਬੇੜਾ ਅਤੇ ਹਾਂ ਅਤੇ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਅੱਜ ਕੱਲ੍ਹ ਪੂਰਾ ਮਾਣ ਹੁੰਦਾ ਜੀ ਪੂਰਾ ਹਾਂਜੀ ਹਾਂਜੀ ਕੋਈ ਕੋਈ ਯਾਦਗਾਰੀ ਘਟਨਾ ਦੱਸੋ ਨਿੱਕੇ ਹੁੰਦੇ ਦੀ ਉਹਦੀ ਕੋਈ ਘਟਨਾ ਦੱਸੋ ਨਿੱਕੇ ਹੁੰਦੇ ਦੀ ਉਹਦੀ ਹਾਂਜੀ ਅੱਛਾ ਜੀ ਕੀ ਵਧੀਆ ਲੱਗਦਾ ਤੁਹਾਨੂੰ ਸਾਰੇ ਪਤਾ ਪਤਾ ਲੱਗਦਾ ਹੁਣ ਸਾਡਾ ਜਵਾਕ ਹੈ ਨਿਕਾ ਇਹਦਾ ਜਵਾਕ ਪਾਲਿਆ ਪਲੇਅਰ ਆ ਹੀ ਸਾਡਾ ਪਲੇਅਰ ਆ ਹਾਂ ਪਲੇਅਰ ਆ ਜੀ ਸਾਰੇ ਪਾਸੇ ਅੱਛਾ ਜੀ ਸਾਡੇ ਪਿੰਡ ਦਾ ਬਾਣ ਆ ਜਿੱਦਾਂ ਉਹਦੇ ਸਾਡੇ ਪਿੰਡ ਨਾਮ ਰੋਸ਼ਨ ਕੀਤਾ ਦੋ ਭਾਈ ਹਾਂਜੀ ਇਹ ਦੋ ਭਾਈ ਨੇ ਨਾਮ ਰੋਸ਼ਨ ਕੀਤਾ ਪਿੰਡ ਦਾ ਲੱਭੀ ਦੇ ਇਹਨੇ ਨਿੰਦੀ ਅੱਛਾ ਦੋ ਭਰਾ ਹਾਂ ਚਾਚੇ ਦਾ ਮੁੰਡੇ ਨੇਗੇ ਅੱਛਾ ਜੀ ਮਾਵਾਂ ਸਕੀਆਂ ਬਣਾ ਦਿੰਦੇ ਨੇ ਅੱਛਾ ਜੀ ਸਾਡੇ ਪਿੰਡ ਨਾਮ ਰੋਸ਼ਨ ਕਰਤਾ ਪੂਰਾ ਬੰਦੇ ਨੇ ਅੱਛਾ ਦੁਨੀਆ ਦੇ ਨਕਸ਼ੇ ਚਮਕਾਤਾ ਹਾਂ ਜੀ ਹਾਂ ਹਾਂਜੀ ਹਾਂਜੀ ਤੇ ਬਾਬਾ ਫਿਰ ਜੋ ਜਿੱਤ ਕੇ ਆਉਂਦੇ ਆ ਇਹ ਦੋਵੇਂ ਭਰਾ ਦੇ ਫਿਰ ਪੂਰੀ ਖੁਸ਼ੀ ਹੁੰਦੀ ਹੈ ਪੂਰੀ ਜਿੰਨੀ ਕਹਦੇ ਲੜਕੜੇ ਵੱਜਦੇ ਆ ਘਰੇ ਮੁੰਡੇ ਸਾਡੇ ਨੇ ਅੱਛਾ ਭਤੀਜੇ ਨੇ ਸਕੇ ਭਤੀਜੇ ਨੇ ਹਾਂ ਅੱਛਾ 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 ਤੇ ਕੋਈ ਘਟਨਾ ਦਾ ਥੋੜੇ ਤੱਕ ਭਤੀਜਾ ਕੋਈ ਮਤਲਬ ਨਿੱਕੇ ਹੁੰਦੇ ਨੇ ਕੋਈ ਸ਼ਰਾਰਤ ਕੀਤੀ ਹੋਵੇ ਹਾਸੇ ਖੇਡੇ ਵਾਲੀ ਹਾਸੀ ਖੇਡੇ ਵੀ ਹੈ ਬਾਹਰ ਰਹੇ ਨੇ ਪਹਿਲਾਂ ਵੀ ਅੱਛਾ ਜੀ ਨਾ ਨਾ ਜਮੀ ਨਹੀਂ ਤਾਂ ਇੱਕ ਨੰਬਰ ਬੰਦੇ ਨੇ ਨਾ ਕਿਤੇ ਆਪਾਂ ਆਤਰਾ ਯਾਰ ਲਿਆਂਦਾ ਬੰਦਾ ਉਹੀ ਉਸਤਾਦ ਜਿਹੜਾ ਜ਼ਿੰਦਗੀ ਦੇ ਚਿੱਬ ਕੱਢਣ ਦਾ ਵਲ ਸਿਖਾਵੇ ਬਾਈ ਨੇ ਮਤਲਬ ਵੀ ਕੌਡੀ ਬਹੁਤ ਸਿਖਾਈ ਜ਼ਿੰਦਗੀ ਵੀ ਸਿਖਾਈ ਇਹਨੇ ਕਿਵੇਂ ਜੀਣੀ ਆ ਗਈ ਨਿੰਦੀ ਬਾਈ ਆਪਣੀ ਕੋਠੀ ਹੈ ਹਾਂਜੀ ਬਿਲਕੁਲ ਬਾਬੇ ਜੀ
ਕਬੱਡੀ ਪਲਿਆਂ ਦੇ ਘਰ 'ਚ ਮੈਂ ਛੋਟੇ ਛੋਟੇ ਵੇਖਿਆ, ਪਹਿਲੀ ਕੋਠੀ ਵੇਖੀ ਹੈਡ ਦੇ ਅੱਗੇ ਜਾਂ ਬਿੱਟੂ ਤਗਾਲ ਦੀ ਕਬੱਡੀ ਸਿਰਦੀ ਆਪਣੀ ਸਾਰਾ ਕੋ ਬਾਬੇ ਦੀ ਕਿਰਪਾ ਨਾਲ। ਹਾਂ ਆਹ ਛਲੀਆਂ ਛਲੀਆਂ ਇਹ ਕਹਿੰਦੇ ਨਾ ਪਿੰਡ 'ਚ ਸੀਗਾ ਉਹ ਚੱਕਰ, ਉਹ ਕਹਿੰਦੇ ਜਗ੍ਹਾ ਘੱਟ ਆ ਮੈਂ ਇੱਥੇ ਪਾ ਦੋ ਸੁੱਕਣੀਆਂ ਇਹਨਾਂ ਨੇ ਕੱਢਣੀਆਂ ਹੋਣਗੀਆਂ। ਇਹ ਤਾਂ ਬਣੂਗਾ ਬੇਸਣ ਹੈ, ਬੇਸਣ ਬਣੂਗਾ ਛਲੀਆਂ ਦਾ ਹੈ। ਚਲ ਦਿਖਾਓ ਜੀ ਮੈਨੂੰ ਘਰ ਆਪਦਾ। ਸ਼ੁਰੂ ਦੇ ਵਿੱਚ ਜਦੋਂ ਨਿੰਦੀ ਨੂੰ ਜਦੋਂ ਆਪਾਂ ਕਿਸਾਨੀ ਜੀਵਨ 'ਚ ਹੈਗੇ ਹਾਂ ਜਦੋਂ ਇੱਕ ਲੀਹ ਪਾਟ ਦੀ ਆ ਨਾ, ਨਹੀਂ ਤਾਂ ਆਪਾਂ ਜੱਟਾਂ ਦੇ ਮੁੰਡੇ ਜਿਹੜੇ ਵਾਹੀ ਕਰਦੇ ਆ, ਅਤੇ ਉਦੋਂ ਬਾਅਦ ਮੰਮੀ ਹੋਰੀਆਂ ਬਣ ਗਈਆਂ ਪਾਲੇ ਇਹ ਛੋਟੇ ਛੋਟੇ। ਅੱਛਾ ਅੱਛਾ 22 ਸਾਲ ਹੋ ਗਏ ਮਰੀਆਂ ਨੂੰ। ਅੱਛਾ ਅੱਛਾ ਇੱਕ ਨੂੰ 27 ਸਾਲ ਹੋ ਗਏ, 29 ਇੱਕ ਨੂੰ 22। ਅੱਛਾ ਜੀ ਹਾਂ, ਅਤੇ ਕੋਈ ਗੱਲ ਸੁਣਾਓ ਜੀ, ਨਿੱਕੇ ਹੁੰਦੇ ਕੋਈ ਸ਼ਰਾਰਤਾਂ ਵਾਲੀਆਂ ਤਾਂ ਨਹੀਂ ਕਰਦੇ ਸੀ? ਸ਼ਰਾਰਤਾਂ ਕਰਦੇ ਸੀ ਨਿੱਕੇ ਹੁੰਦੇ? ਚੁੱਪ 'ਚ ਰਹਿੰਦੇ ਸੀ ਹੈਂ, ਇਹਨਾਂ ਨੂੰ ਕਹਿੰਦੇ ਜੇ ਸ਼ਰਾਰਤ ਕਰੋਗੇ ਘਰੇ ਬਿਠਾ ਦੂੰ। ਅੱਛਾ ਜੇ ਸਿੱਧੇ ਚੱਲੇ ਗਏ ਜਾਓਗੇ ਤਾਂ ਸਿੱਧੇ ਚੱਲੀ ਜਾਓ। ਅੱਛਾ ਜੀ, ਜਿੱਥੇ ਸ਼ਰਾਰਤ ਦਾ ਪਤਾ ਲੱਗ ਗਿਆ ਉੱਥੇ ਕੰਮ 'ਚ। ਅੱਛਾ ਜੀ, ਸ਼ਰਾਰਤ ਕੀਤੀ ਨਹੀਂ ਕੰਮ ਲਾਏ ਨਹੀਂ ਹਨ। ਜੀ ਜੀ ਜੀ, ਪੌੜੀ ਚੜ੍ਹਦੇ ਚੜ੍ਹੀ ਜਾਣ ਦੇ ਨਹੀਂ ਫਿਰ ਟਰੈਂਡ ਚਲਾਉਣਗੇ 10 ਲੀਟਰ ਤੇ ਇਹਦੇ ਵੱਧ ਹੁੱਕਣਗੇ ਹੱਥ ਨੂੰ ਚਲਾਉਣ ਲੱਗ ਜਾਣਗੇ। ਹਾਂ ਹਾਂ ਠੀਕ ਹੈ ਠੀਕ ਹੈ। ਹਾਂ ਅਤੇ ਹੋਰ ਕੋਈ ਗੱਲ, ਕੋਈ ਨਿੱਕੀ ਯਾਦਗਿਰੀ ਤੁਹਾਡੀ ਬਚਪਨ ਦੇ ਵਿੱਚ, ਇਹਦੀ ਕੋਈ ਸ਼ਰਾਰਤ ਜਾਂ ਨਿੱਕੀ ਗੱਲਬਾਤ, ਮੋਹ ਭੋਜੀ? ਨਹੀਂ ਗਲਤ ਨਹੀਂ। ਹਾਂ ਖੇਡਣ ਵੇਲੇ ਕੋਈ ਦਿੱਕਤ ਆਈ, ਕੋਈ ਕੋਈ ਸੱਟ ਫੇਟ ਖਾਧੀ ਹੋਵੇ, ਤੁਹਾਨੂੰ ਕਿਤੇ ਲੱਗਦਾ ਨਹੀਂ ਹੁੰਦਾ ਵੀ ਇੱਦਾਂ ਵੀ ਸੱਟ ਫੇਟ ਤਾਂ ਮਾੜੇ ਮੋਟੇ ਤਾਂ ਲੱਗਦੇ ਰਹਿੰਦੇ ਨੇ ਜੀ ਛੋਟੇ ਹੁੰਦੇ ਦੇ? ਜਿਵੇਂ ਕੋਈ ਪਤੰਗ ਚੜਾਉਣ ਲੱਗ ਗਿਆ ਨਿੱਕੇ ਨਾਲ ਉਹ 10 ਸੱਟ ਲੱਗੀ। ਕਦੋਂ ਜੀ? ਛੋਟਾ ਜਿਹਾ 10 ਸਾਲ ਦਾ। ਅੱਛਾ ਜੀ, ਉਹ ਪਤੰਗ ਤੋਂ ਵੀ ਚੜਾਉਣ ਲੱਗ ਜਾਂਦੇ ਨੇ ਫਿਰ ਉਹਦਾ ਘੂਰ ਕੇ ਚੜਾਉਣੇ ਪੈਂਦੇ ਨੇ। ਕਿ ਨਹੀਂ? ਹਾਂਜੀ ਹਾਂਜੀ ਹਾਂਜੀ, ਜਦੋਂ ਮਾਪੇ ਕਿਸੇ ਬੱਚੇ ਨੂੰ ਘੂਰਦੇ ਆ ਉਹ ਵੀ ਉਹ 'ਚ ਫਾਇਦਾ ਹੁੰਦਾ। ਜਿਹੜਾ ਜਵਾਕ ਘੂਰ ਤੋਂ ਡਰਦਾ ਨਹੀਂ ਹੈਗਾ ਉਹ ਵਧੀਆ ਨਹੀਂ ਹੈਗਾ, ਕਾਮਯਾਬ ਨਹੀਂ ਹੋ ਸਕਦਾ। ਜਿਹੜਾ ਜਵਾਕ ਡਰਦਾ ਉਹ ਮਤਲਬ ਕਾਮਯਾਬ ਇੱਕ ਦਿਨ ਤਾਂ ਹੋਊਗਾ ਹੀ ਡਰੇ ਬੰਦੇ ਨੂੰ। ਜਿਹੜੇ ਬੰਦੇ ਨੂੰ ਡਰਿਆ ਆਪ ਮਾਰਿਆ ਉਹਨੇ ਉਸ ਮਰਜ਼ੀ ਖਰਚਾ ਕਰੀ ਜਾਵੇ, ਉਹ ਕਿਹੜਾ ਪੁੱਛਣਗੇ ਸੀ? ਜਿੰਨਾ ਮਰਜ਼ੀ ਖਰਚਾ ਕਰੀ ਜਾਵੇ ਜਦੋਂ ਪੁੱਛਣੀ ਵੀ ਬੱਚਾ ਆਗਿਆਕਾਰੀ ਹੋਣਾ ਚਾਹੀਦਾ, ਸਹੀ ਹੋਣਾ ਚਾਹੀਦਾ। ਜੇ ਹੁਣ ਇੰਜਣ ਗੱਡੀ ਦਾ ਸਹੀ ਆ ਤੁਹਾਡੇ ਇੱਥੇ ਦੇ ਬਾਵਜੂਦ ਮਗਲੇ ਡੱਬੇ ਕਿੰਨੇ ਮਰਜ਼ੀ ਖਰਾਬ ਹੋਣ, ਜੇ ਇੰਜਣ ਗਲਤ ਆ ਡੱਬੇ ਜਿੰਨੇ ਮਰਜ਼ੀ ਸਹੀ ਨੇ ਜਾਂਦੇ ਨਹੀਂ ਉਹ ਕਿ ਵੱਗ ਜੂਗਾ ਨਾ ਬਚ ਕਰ। ਜੇ ਜਵਾਕ ਸਹੀ ਆ ਤਾਂ ਜਾਊਗਾ, ਨਹੀਂ ਜਾਂਦਾ ਨਹੀਂ ਯਾਰ। ਤੇ ਕਿੰਨੀਆਂ ਮੱਝਾਂ ਮਿਲਦੀਆਂ ਫਿਰ? ਕਿੰਨੀਆਂ ਮੱਝਾਂ ਮਿਲਦੀਆਂ ਜੀ? ਮੱਝਾਂ ਤਾਂ ਹੁਣ ਹੈਗੀਆਂ 2-3 ਕੁ ਨੇ, ਪਹਿਲਾਂ ਬਹੁਤ 15-15 ਰੱਖਦੇ ਰਹੇ। ਤੇ ਫਿਰ ਦੁੱਧ ਬਾਹਲਾ ਨਹੀਂ ਪੀਂਦੇ ਸੀ ਇਹ? ਨਾਲ ਗੁਜ਼ਰ ਗਿਆ ਉਹਦਾ 10 ਸਾਲ ਹੋ ਗਏ। ਅੱਛਾ ਅੱਛਾ ਜੀ, 10 ਸਾਲ ਹੋ ਗਏ ਨਾ ਗੁਜ਼ਰੇ ਨੂੰ, ਉਦੋਂ ਬਾਅਦ ਵੇਚ-ਬੂਚ ਦਿੱਤੇ ਉਹ ਸੜਤੇ ਕੰਮ। ਅੱਛਾ ਅੱਛਾ, ਫਿਰ ਗੋਡੇ ਪਵਾ ਲਏ, ਦੋ ਗੋਡੇ ਪਵਾਏ ਹੋਏ ਨੇ ਹੁਣ। ਅੱਛਾ ਜੀ, ਦੋ ਪਵਾਏ ਹੋਏ ਨੇ। ਅੱਛਾ ਜੀ ਹਾਂ, ਮੈਂ ਨਾ ਮਾਰ ਕੇ ਮੈਂ ਉੱਠਦਾ, ਗੋਡੇ ਵਾਲਾ ਨਹੀਂ ਬੈਠ ਨਹੀਂ ਸਕਦਾ। ਅੱਛਾ, ਮੈਂ ਬਹਿ ਕੇ ਦਿਖਾਵਾਂ ਤੁਹਾਨੂੰ। ਅੱਛਾ, ਤੇ ਮਾਣ ਮਹਿਸੂਸ ਹੁੰਦਾ ਅੱਜ ਕੱਲ੍ਹ ਵੀ ਮੇਰੇ ਬੱਚੇ ਚੰਗੇ ਨਿਕਲੇ, ਵੀ ਲੋਕੀ ਇਹਨਾਂ ਵਰਗਾ ਬਣਨਾ ਚਾਹੁੰਦੇ ਆ? ਹੁੰਦਾ ਹੀ ਆ ਵੀ ਕਿੱਥੇ ਤਾਂ ਮਤਲਬ ਕੰਮ ਕਰਕੇ ਨਹੀਂ ਇੰਨਾ ਕੁਛ ਬਣਦਾ ਹੈਗਾ। ਜੇ ਖੇਡਾਂ 2 ਪੈਸੇ ਬਣਦੇ ਤਾਂ ਇਹਨਾਂ ਕੋਲ ਬਣਾ ਲੈਣ, ਨਹੀਂ ਕੀ ਬਣਦਾ ਜੀ? ਨਹੀਂ ਤਾਂ ਤੁਸੀਂ ਦੇਖੋ ਆਈ ਚਲਾਈ ਚੱਲ ਰਿਹਾ, ਸਭ ਦੀ ਖਰਚਾ ਬਰਾਬਰ ਹੋਈ ਜਾਂਦਾ ਹੈ, ਬਚਤ ਕਿਹਨੂੰ ਕਿੰਨੀ ਕੁ ਆਪਾਂ ਦਿਨ ਰਾਤ ਫਿਰਦੇ ਹਾਂ ਕਿ ਨਹੀਂ? ਵੀ ਹੈਗਾ ਜਿਹੜੀ ਖੇਡਾਂ ਜਿਵੇਂ ਨਾ ਆਪਾਂ ਰੋਕੇ ਨਹੀਂ ਹੈਗੇ, ਬਾਕੀ ਖਾਣ ਪੀਣ ਦੇ ਨਾ ਪਹਿਲੇ ਦਿਨੋਂ ਦਿਹਾੜੀ ਕਰਕੇ ਖਵਾਉਂਦਾ ਰਿਹਾ ਮੈਂ। ਅੱਛਾ ਹਾਂ, 20 ਰੁਪਏ ਟਾਲੀ ਹੁੰਦੀ, 8 ਗੇੜੇ ਮੈਂ ਇਕੱਲਾ ਲਾ ਹੁੰਦਾ ਸੀ, 8 ਗੇੜੇ ਕਿਸੇ ਤੋਂ ਪਿੰਡ 'ਚ ਲਵਾ ਕੇ ਦਿਖਾਓ, ਇੰਡੀਆ 'ਚ ਲਵਾ ਕੇ ਦਿਖਾਓ, ਹੱਥੀਂ ਭਰ ਕੇ ਟਰਾਲੀ, 8 ਗੇੜੇ ਆਪੇ ਭਰਨੇ ਆਪੇ ਲਾਉਣੇ, 160 ਰੁਪਏ ਬਣਾਉਣਾ ਸੀ ਰੋਜ਼, 60 ਦਾ ਤੇਲ 100 ਵੱਜਦਾ ਸੀ, 1 ਮਹੀਨੇ 'ਚ 1 ਕਿੱਲਾ ਛਡਾਉਂਦਾ ਸੀ ਮੈਂ ਗਹਿਣੇ ਦੀ ਜਾ। ਅੱਛਾ, 3000 'ਚ ਗਹਿਣੇ ਦੀ 1 ਮਹੀਨੇ 'ਚ ਛਡਾਉਂਦਾ ਸੀ 100 ਰੁਪਇਆ ਰੋਜ਼ 'ਚ। ਹੁਣ ਛਡਾ ਕੇ ਦਿਖਾ ਕੇ ਤੂੰ ਕਿ ਛਡਾ ਦੂਗਾ? ਨਹੀਂ, ਇਹ ਤਾਂ ਵੀ ਹੱਕ ਦੀ ਮਿਹਨਤ ਨਾਲ ਹੀ ਚੱਲਦਾ,
ਇਹ ਤਾਂ ਹੱਕ ਦੀ ਮਿਹਨਤ ਨਾਲ ਕਰਨਾ ਪੈਂਦਾ, ਬਹੁਤ ਆਪੇ ਕਰੀ ਆ ਲਾ ਲਓ ਵੀ 22 ਸਾਲ ਮਿੱਟੀ ਢੋਤੀ ਮੈਂ 22 ਸਾਲ ਬਾਈ ਸਾਲ ਮੈਂ ਭਰਤ ਪਾਇਆ 20 ਰੁਪਏ ਟਰਾਲੇ ਅੱਛਾ ਹਾਂ ਉਦੋਂ ਬਾਅਦ 25 ਹੋ ਗਈ ਫਿਰ 30 ਹੋ ਗਈ ਫਿਰ 80 ਵੀ ਜਾਂਦਾ ਰਿਹਾ ਪੀਲੀ ਮਿੱਟੀ ਢੋਲਦਾ ਰਿਹਾ 80 ਰੁਪਏ ਟਰਾਲੀ ਹੁਣ 800 ਦੀ ਆ 1000 ਦੀ ਆ ਜਮੀਨ ਨਾ ਮੇਰੇ ਪੁੱਤਾਂ ਦੀ ਘਟੇ ਇਸ ਕਰਕੇ ਤੁਸੀਂ ਕੰਮ ਨਹੀਂ ਕੰਮ ਚਲਾਇਆ ਮੰਡੀਆਂ ਲਾਈਆਂ ਮੰਡੀ ਨੀ ਕੋਈ ਛੱਡੀ ਜਿਵੇਂ ਸਮਾਣਾ ਆਨੰਦਪੁਰ ਮੇਰੇ ਪੁੱਤਾਂ ਦੀ ਵਿਰਾਸਤ ਬਾਜੇ ਸਾਡੇ ਮਾਪਿਆਂ ਨੇ ਨਹੀਂ ਕੀਤਾ ਇੰਨਾ ਕੁਛ ਇਹ ਤਾਂ ਆਪ ਹੀ ਲੱਗਾ ਪਿੱਛਾ ਕਰਕੇ ਮਤਲਬ ਜਿਹੜੇ ਮਾਪੇ ਹੁੰਦੇ ਨਾ ਤੁਹਾਡੀ ਜਿਹੜੀ ਸਫਲਤਾ ਹੁਣ ਆਪਾਂ ਤੁਹਾਨੂੰ ਮਿਲਾਉਂਦੇ ਹਾਂ ਨਿੰਦੀ ਬੇਨੜਾ ਦੇ ਚਾਚਾ ਸਰਦਾਰ ਨਿਰਮਲ ਸਿੰਘ ਜੀ ਨਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਗਰਮੀ ਗੁਰਮੀ ਦਾ ਇੰਨੀ ਗਰਮੀ 'ਚ ਬੁੱਕਲਾਂ ਮਾਰੀ ਬੈਠੇ ਹੈ ਮੀਂਹ ਮੂੰਹ ਪਿਆ ਹੋਣਾ ਹੈ ਨਾ ਅੱਛਾ ਨਿੰਦੀ ਦੀ ਤੁਸੀਂ ਕੋਈ ਗੱਲ ਦੱਸੋ ਜੀ ਸਾਨੂੰ ਮਤਲਬ ਜਿਹੜੇ ਆਪਣੇ ਦਰਸ਼ਕ ਆ ਇਹਨਾਂ ਨੂੰ ਕੋਈ ਵੀ ਨਿੱਕੇ ਹੁੰਦੇ ਦਾ ਕੋਈ ਦੁੱਖ ਤਕਲੀਫ ਕੋਈ ਹਾਸੇ ਖੇਡੇ ਵਾਲੀ ਗੱਲ ਚਰੀ ਲੈਣ ਵਗ ਜਾਂਦੇ ਅੱਛਾ ਜੀ ਇਹ ਮੇਰੇ ਨਾਲ ਜਾਂਦਾ ਹੁੰਦਾ ਅੱਛਾ ਜੀ ਇਹਦਾ ਡੈਡੀ ਨੂੰ ਤਾਰਦਾ ਵੀ ਤੂੰ ਫੀਲ ਨਾ ਹੋਈ ਇਹ ਮੱਲੋ ਮੱਲੀ ਫੇਰ ਵਗ ਜਾਂਦਾ ਫਿਰ ਪੜ੍ਹਨ ਹਟ ਗਿਆ ਅੱਜ ਤੋਂ ਖੇਤ ਜਾਣੋਂ ਹਟ ਗਿਆ ਪੜ੍ਹਨ ਲੱਗ ਗਿਆ ਦੀਆ ਪੜ੍ਹਨ ਤੋਂ ਬਾਅਦ ਫਿਰ ਪੜ੍ਹਨ ਲੱਗ ਗਿਆ ਫਿਰ ਖੇਡਣ ਲੱਗ ਗਏ ਖੇਡਣ ਤੋਂ ਬਾਅਦ ਫਿਰ ਇਹ ਪਹਿਲਾਂ ਵਧੀਆ ਖੇਡਣ ਦੇ ਫਿਰ ਢਿੱਲਾ ਹੋ ਗਿਆ ਜੀ ਢਿੱਲਾ ਹੋ ਗਿਆ 2 ਸਾਲ ਭਰ ਤੋਂ ਖੇਡਿਆ ਨਹੀਂ ਗਿਆ ਫਿਰ ਕਈ ਚਾਂਸ ਜੇ ਹੋਊਗੇ ਕਿ ਨਾ ਮੁੰਡਾ ਆਹ ਹੱਥ 'ਚ ਟੁੱਟ ਗਿਆ ਜੀ ਉਦੋਂ ਵੀ ਸਾਲਾ ਬਹੁਤ ਦੁੱਖ ਹੁੰਦਾ ਵੀ ਚੱਲ ਖੇਡਦਾ ਸੀਗਾ 2 ਪੈਸੇ ਨਾ ਮੈਂ ਮਿੰਟ ਕਰਦਾ ਸੀ ਆਪਣੇ ਜੋਗਰੀ ਕਰਦਾ ਸੀ ਉਦੋਂ ਬਾਅਦ ਫਿਰ ਇਹਦਾ ਮੁੰਡਾ ਲਿਖ ਗਿਆ ਇਹਦੇ ਊਂ ਸੱਟ ਲੱਗੀ ਫਿਰ ਆ ਇਤਕੀ ਪਰ ਇਹਦੇ ਆਹ ਉਰੇ ਲਿਖਿਆ ਆਹ ਸੱਟ ਲਿਖਿਆ ਸੀ ਉਦੋਂ ਬਹੁਤ ਦੁੱਖ ਹੋਇਆ ਕਈ ਚੀਜ਼ ਨੇ ਇਹਦੇ ਹੀ ਲੰਘੇ ਹਾਂ ਫਿਰ ਕਿਹੜਾ ਕੁੰਡੇ ਖਿੱਚੇ ਗਏ ਇਹਦੇ ਅੱਛਾ ਜੀ ਅਤੇ ਲੱਭੀ ਦਾ ਹੁਣ ਅੱਜ ਕੱਲ੍ਹ ਕੀ ਹਾਲ ਚਾਲ ਆ ਲੱਭੀ ਕਿੱਥੇ ਉਹਦਾ ਕਨੇਡਾ 'ਚ ਅੱਛਾ ਅੱਛਾ ਅਤੇ ਫਿਰ ਦੋਵੇਂ ਰਲ ਕੇ ਕੋਈ ਜਿੱਤਿਆ ਕੱਪ ਇਹਨਾਂ ਨੇ ਇਹਨਾਂ ਨੇ ਜਿੱਤੇ ਦੇ ਜਲੰਧਰ ਅੱਛਾ ਇੱਕ ਰੇਡਰ ਸੀ ਅਤੇ ਬੈਸਟ ਰੇਡਰ ਸੀ ਇੱਕ ਬੈਸਟ ਜਾਫੀ ਸੀ ਅੱਛਾ ਉਹ ਤੁਹਾਡੇ ਦਾ ਸਭ ਤੋਂ ਵਧੀਆ ਦਿਨ ਹੋਣਾ ਤੁਹਾਡੇ ਵਾਸਤੇ ਉਹ ਵਧੀਆ ਸੀ ਤੁਹਾਡੇ ਵਧੀਆ ਕੱਪ ਜ਼ੋਰ ਲਾਇਆ ਵਧੀਆ ਕੱਪ ਜਿੱਤੇ ਇਹਨਾਂ ਕੰਮ ਨੂੰ ਅਸੀਂ ਨਹੀਂ ਕਿਹਾ ਇਹਨਾਂ ਨੂੰ ਕਦੇ ਅੱਛਾ ਅਸੀਂ ਕਰੀਏ ਨਾ ਕਰੀਏ ਦੋ ਭਾਈ ਭਾਈ ਹੁਣ ਆਪਾਂ ਕਿੱਧਰ ਜਾ ਰਹੇ ਹਾਂ ਆਪਾਂ ਸਕੂਲ ਦੀ ਜਿਹੜਾ ਮਾਰੀ ਗਰਾਊਂਡ 'ਚ ਕੋਠੀਆਂ ਘੈਂਟ ਆ ਤੁਹਾਡੇ ਭਾਈ ਇੱਥੇ ਹੈ ਕੀ ਹਾਲ ਜੀ ਕਬੱਡੀ ਵਾਲੇ ਤੁਸੀਂ ਵੀ ਮੇਰੇ ਵਰਗੇ ਬੰਦੇ ਬਾਈ ਦੇ ਸਰੀਰ ਚੋਂ ਕਿੰਨੇ ਨਿਕਲ ਸਕਦੇ ਆ ਤਿੰਨ ਚਾਰ ਨਿਕਲ ਜਾਣਗੇ ਮੇਰੀ 5 ਦੀ ਉਮੀਦ ਹੈ ਅੱਛਾ ਹਾਂ ਅਤੇ ਕੋਈ ਗੱਲਬਾਤ ਵੀ ਸੁਣਾਓ ਵਧੀਆ ਅਸੀਂ ਇਕੱਠੇ ਖਾਂਦੇ ਪੀਂਦੇ ਰਹੇ ਹਾਂ ਜਿੱਦਾਂ ਕੇਲੇ ਕੁੱਲੇ ਖਾਣੇ ਇਕੱਠਿਆਂ ਨੇ ਰੇਹੜੀ 'ਤੇ ਬਾਈ ਨੇ ਹੁਣ ਪੈਸੇ ਪੂਸੇ ਦੇਣੇ ਹੁਣ ਸਾਡੇ ਥੋੜ੍ਹਾ ਘੱਟ ਦੀ ਵਧੀਆ ਸਾਡੀ ਹੈਲਪ ਕਰਦੇ ਸਪਰਾਈਡ ਮੈਂ ਤਾਂ ਕੋਕ ਪੀਨਾ ਨਸਤਾ ਤੁਸੀਂ ਸਪਰਾਈਡ ਚੱਕੀ ਫਿਰਦੇ ਹੋ
डर के आगे जीत है। आ भाई ने वधिया ट्रायल किते, आ सारे भाई वधिया भरा है। हाँ जी हाँ जी, सत श्री अकाल सर जी, की हाल है जी गुरु जी। हाँ जी, मैं घबरा ही गया, मैं कि उस्ताद खोली बैठे थे, कोक है उस्ताद, कोक है तेरे नाल रह के बंदा गलत हो ही नहीं सकता। हाँ स्प्राइट है, स्प्राइट है, फिर मैं एनक दूजी लेना स्प्राइट। हाँ हाँ हाँ, महफल लाई हुई है, महफल मित्र की। अच्छा अच्छा अच्छा, ना ना मेरे का कोई फैन बजो भाई। मेहनत ना बोली पैना भाई, लगता सी भाई, लगता सी क्योंकि ना भाई मैं थोनू वार वार यही गल एक भाई मैं एक गल कहना भी जिवें हुण साडे एरिया सीगा ना, साडे एरिया दे विच प्लेयर बहुत तगड़े होए आ पर किसी ने इन्ना साथ नहीं दिता। जो साडे एरिया जां गुरजीत भाई ने कुछ प्लेयर का साथ दिता जिहनूं बाहर कढ़िया, पर दूजे बंदिया ने कदे किसी की बाह नहीं फड़ी। ਵੀ ਹੋ ਸਕਦਾ ਮੇਰੇ ਅਖੋਲੇ ਹੁਣ ਬਾਈ ਉਹ ਬੰਦੇ ਜਿਹਨੇ ਮਦਦ ਕੀਤੀ, ਕਈ ਬੰਦੇ ਗੁਪਤਦਾਨ ਵੀ ਕਰ ਦਿੰਦੇ ਆ ਹਨਾ, ਪਰ ਜਿਹੜਾ ਇੱਥੇ ਮੈਂ ਵੇਖਿਆ ਪਲੇਅਰਾਂ ਦਾ, ਪਲੇਅਰ ਤਾਂ ਇੱਕ ਦੂਜੇ ਸਾਰੇ ਇੰਟੀ ਇੱਕ ਦੂਜੇ ਦੇ, ਉਹ ਜਾ ਪੀ ਉਹ ਰੇਡਰ ਆ, ਪਰ ਉਹ ਫਿਰ ਵੀ ਇਕੱਠੇ ਆ, ਤਿੰਨੇ ਪਲੇਅਰ ਸਟਾਰਡਮ ਆ। ਹੁਣ ਤਾਂ ਗਾਣਾ ਕੈਲੋਬਰੇਸ਼ਨ ਨਹੀਂ ਕਰਦਾ ਕਿ ਦੋ ਬੰਦੇ ਆ ਨਾ, ਮੈਸੇ ਪੁੱਛਿਆ ਵੀ ਕੌਣ ਵੱਟ ਗਈ ਲੋਕਾਂ ਨਾਲੋਂ ਅਤੇ ਪਰ ਇਹ ਪਲੇਅਰ ਇਕੱਠੇ ਹੋਏ ਨੇ ਅਤੇ ਇਹਨਾਂ ਦਾ ਜਿਹੜਾ ਮਾਣਤਾਣ ਆ, ਜੇ ਤੁਸੀਂ ਮਿਹਨਤ ਕਰੋਗੇ ਵਧੀਆ, ਇਹਨਾਂ ਦੀਆਂ ਯਾਰੀਆਂ ਵੀ ਪੱਕੀਆਂ ਹੋ ਜਾਣੀਆਂ ਅਤੇ ਕਬੱਡੀ ਦਾ ਮਾਣ ਵੀ ਵਧਣਾ। ਠੀਕ ਹੈ, ਇਹ ਹੁਣ ਤੁਹਾਡੇ 'ਤੇ ਆ ਜਿਹੜਾ ਬਾਈ, ਇਹ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਪਲੇਅਰ ਰੁੜ ਗਏ ਬਾਈ। ਹਾਂਜੀ ਬਾਈ, ਇਸ ਚੱਕਰ ਦੇ ਵਿੱਚ ਜੇ ਕਿਤੇ ਉਦੋਂ ਇਹ ਲੀਗਾਂ ਲੂਗਾਂ ਪਹਿਲਾਂ ਕਿਤੇ ਆਈਡੀਆ ਆਇਆ ਹੁੰਦਾ ਹਨਾ, ਅਤੇ ਸ਼ਾਇਦ ਉਦੋਂ ਕਿਤੇ ਨਾ ਕਿਤੇ ਗੱਲ ਬਣੀ। ਬੜੇ ਪਲੇਅਰ ਬਾਈ ਮੈਂ ਵੇਖਿਆ ਰੁੜੇ, ਘਾਕਾ ਬੋਦੀ ਵਾਲਾ ਬਾਈ, ਵੀ ਸਾਡੇ ਪਿੰਡ ਦਾ ਇੱਕ ਸ਼ੈਮਰ ਹੁੰਦਾ ਸੀ ਮੁੰਡਾ, ਬੜਾ ਤਗੜਾ ਪਲੇਅਰ ਸੀ, ਉਹਨੂੰ ਰਾਹ ਹੀ ਨਹੀਂ ਮਿਲਿਆ। ਰਾਹ ਵੀ ਨਹੀਂ ਸੀਗਾ ਹੀ, ਕਬੱਡੀ ਹੁਣ ਪਹਿਲਾਂ ਨਾ ਬਹੁਤ ਉੱਪਰ ਵੱਗੀ, ਪਹਿਲਾਂ ਦਾ ਵੀਰੇ ਤੁਸੀਂ ਦੇਖ ਲਓ ਵੀ ਸਾਰੇ ਆਪਣੇ ਪੰਜਾਬ ਦੇ ਵਿੱਚ ਚਾਰ ਟੀਮਾਂ ਹੁੰਦੀਆਂ ਸੀ, ਬਿਜਲੀ ਬੋਰਡ, ਪੈਪਸੂ, ਬਾਈ ਦੋ ਚਾਰ ਟੀਮਾਂ ਹੁੰਦੀਆਂ, ਬਸ ਪਹਿਲਾਂ ਦੋ ਹੀ ਹੁੰਦੀਆਂ ਸੀ, ਪੈਪਸੂ ਤੇ ਬਿਜਲੀ ਬੋਰਡ ਦੀ ਮੈਚ ਹੁੰਦੀ ਸੀ ਹਨਾ। ਉਹ ਤੋਂ ਬਾਅਦ ਫਿਰ ਅਕੈਡਮੀਆਂ ਬਣੀਆਂ ਬਾਈ, ਜਿਵੇਂ ਡੀਏਵੀ ਜਲੰਧਰ ਹਨਾ, ਅੱਛਾ ਡੀਏਵੀ ਜਲੰਧਰ ਬਣੀ, ਡੀਏਵੀ ਬਠਿੰਡਾ ਬਣੀ, ਜਿਹੜੇ ਉਹ ਦੋ ਅਕੈਡਮੀ ਇੱਦਾਂ ਦੀਆਂ ਸੀ ਬਾਈ, ਡੀਏਵੀ ਬਠਿੰਡਾ ਅੱਛਾ ਤੇ ਡੀਏਵੀ ਜਲੰਧਰ, ਜਿਹੜੀਆਂ ਪਲੇਅਰ ਤਿਆਰ ਕਰਦੀਆਂ ਸੀ ਨਾ ਕਿ ਖਰੀਦੀਆਂ ਸੀ, ਪਹਿਲਾਂ ਵੀ ਪਲੇਅਰ ਕੀਤਾ ਸੀ। ਓਕੇ, ਪਹਿਲਾਂ ਪਲੇਅਰ ਤਿਆਰ ਹੁੰਦੇ ਸੀ, ਜਿਹੜੇ ਬਾਕੀ ਟੀਮਾਂ ਸੀਗੀਆਂ ਉਹ ਜਿਵੇਂ ਪਿੰਡ ਵਾਰ ਤੋਂ ਕੋਈ ਵਧੀਆ ਹੋ ਗਿਆ ਮੁੰਡਾ ਉਹਨਾਂ ਨੂੰ ਲੈਂਦੇ, ਉਹ ਟ੍ਰਾਇਲ ਲੈ ਕੇ ਪੜ੍ਹਨ ਵਾਲੇ ਮੁੰਡੇ ਰੱਖਦੇ ਸੀ ਦੋਨੇ, ਡੀਏਵੀ ਬਠਿੰਡਾ ਅਤੇ ਡੀਏਵੀ ਜਲੰਧਰ, ਅਸੀਂ ਉੱਥੇ ਉਹ ਪਲੱਸ ਟੂ ਪਾਸ ਮੁੰਡਾ ਰੱਖ ਕੇ ਫਿਰ ਉਹਨਾਂ ਨੇ ਉਹਨਾਂ ਦੇ ਟ੍ਰਾਇਲ ਲੈ ਕੇ ਉਹਨਾਂ ਤੋਂ 3 ਸਾਲ ਨਾਲੇ ਕਾਲਜ ਵੱਲ ਲੁਕਣੇ ਹੁੰਦੇ ਸੀ, ਨਾਲੇ ਉਹ ਬੰਦਾ 3 ਸਾਲ ਨਾਲ ਤਕੜਾ ਹੋ ਜਾਂਦਾ, ਨਾਲੇ ਉਹਨਾਂ ਨੂੰ ਖਰਚਾ ਦਿੰਦੇ ਸੀ ਮਤਲਬ 150 ਰੁਪਏ ਡੇਲੀ ਦਾ ਉਹ ਟਾਈਮ ਆ, ਨਾਲੇ ਜਗਤਾਰ ਵਾਲੀ ਵੀ ਉਹ ਮੈਨੂੰ ਇਸ ਕਬੱਡੀ 'ਚ ਗਏ ਆ, ਉਹ ਆਪਣਾ ਮੰਡੀ ਬੋਰਡ 'ਚ ਆ, ਉਹ ਜਗਤਾਰ ਕਬੱਡੀ ਦੇ ਵਿੱਚ ਹੀ ਉਹਨਾਂ ਨੇ ਘਰ ਬਣਾਇਆ, ਇਹੀ ਟੀਮ ਸੀ ਨਾ ਬਿਜਲੀ ਬੋਰਡ ਦੀ, ਬਿਜਲੀ ਬੋਰਡ ਦੀ ਟੀਮ ਹੀ ਸੀ, ਉੱਧਰ ਕਾਲੇ ਉਹਨਾਂ ਦੀ ਪੈਪਸੂ ਸੀ, ਬਰਾਡੋ ਦੋ ਟੀਮਾਂ ਮੈਚ ਹੁੰਦੇ ਸੀ ਜਾਂ ਇੱਕ ਦੁਆਬੇ ਦੀ ਹੋਈ, ਉੱਧਰ ਫਿਰ ਇੱਕ ਮਾਝੇ ਦੀ, ਚਾਰ ਟੀਮਾਂ ਸੀ ਬਸ। ਕਿਉਂਕਿ ਮੈਨੂੰ ਇਹ ਲੱਗਦਾ ਬਾਈ ਜਿਹੜਾ ਬੰਦਾ ਮਦਦ ਕਰਦਾ ਨਾ ਕਿਸੇ ਪਲੇਅਰ ਦੀ, ਜਿਵੇਂ ਬਾਈ ਆਹ ਕਰ ਰਹੇ ਆ ਜਾਂ ਹਨਾ, ਐਨਆਰਆਈਆਂ ਦੀ ਬਹੁਤ ਵੱਡੀ ਸਪੋਰਟ ਹੈ। ਹਾਂ, ਤੇ ਜਿਹੜੀ ਸਾਰੇ ਐਨਆਰਆਈ, ਹਾਂ ਉਹ ਉਹਨਾਂ ਨਾਲ ਹੁੰਦਾ ਕਿਉਂਕਿ ਐਨਆਰਆਈ ਨੇ ਕਬੱਡੀ ਚੱਕੀ ਹੈ, ਉਦੋਂ ਬਾਅਦ ਬਾਲ ਕਪ ਪ੍ਰੋਡਿਊਸਰ ਹੋ ਗਏ ਨਾ, ਪ੍ਰੋਡਿਊਸਰ ਹੋ ਗਏ, ਪ੍ਰੋਡਿਊਸ ਕਰਦੇ ਹੋ ਚੀਜ਼ ਨੂੰ, ਐਨਆਰਆਈ ਵੀਰੀ ਨੇ ਬਾਈ, ਉਹਨੇ ਪਿੰਡਾਂ 'ਚ ਤੁਹਾਨੂੰ ਪਤਾ ਵੀ ਬਹੁਤ ਥੋੜ੍ਹੇ ਪੈਸੇ ਘੱਟੇ ਇਕੱਠੇ ਹੁੰਦੇ ਨੇ ਨਾ, ਜਿਹੜੇ ਬਾਹਰੇ ਗਏ ਨੇ ਮੁੰਡੇ ਸਾਰੇ ਪਿੰਡਾਂ 'ਚ ਜਿੰਨੇ ਟੂਰਨਾਮੈਂਟ ਹੁੰਦੇ ਨੇ ਉਹ ਮਤਲਬ ਅੱਧ ਤੋਂ ਵੱਧ ਪੈਸਾ ਜੇ ਇੱਕ ਦੋ ਬੰਦੇ ਵੀ ਨੇ ਪਿੰਡ ਦੇ ਤਾਂ ਵੀ ਉਹੀ ਲਾ ਦਿੰਦੇ, ਪਿੰਡ 'ਚ ਤਾਂ ਤੁਹਾਨੂੰ ਪਤਾ ਵੀ ਬਹੁਤ ਘੱਟ ਪੈਸੇ ਇਕੱਠੇ। ਹੁਣ ਮੈਂ ਇਹ ਕਹਿ ਰਿਹਾ ਸੀਗਾ ਵੀ ਜਿਹੜਾ ਮਤਲਬ ਵੀ ਜਿਹੜੇ ਸਪੋਰਟ ਕਰਦਾ ਨਾ, ਜਿਵੇਂ ਮਤਲਬ ਵੀ ਕੋਈ ਬੰਦਾ ਕਿਸੇ ਦੀ ਜਾਂ ਪਲੇਅਰ ਜਿਹੜੇ ਨਵੇਂ ਸਪੋਰਟ ਕਰ ਰਹੇ ਨੇ ਉਹ ਇਸੇ ਕਰਕੇ ਸਪੋਰਟ ਹੋ ਰਹੀ ਹੈ, ਕਿਉਂਕਿ ਜਿਹੜੇ ਬੰਦੇ ਆਪਦੇ ਸੁਪਨਿਆਂ ਪ੍ਰਤੀ ਵਫ਼ਾਦਾਰ ਹੁੰਦੇ ਆ ਨਾ, ਨਿੰਦੀ ਜੇ ਕਹਿੰਦਾ ਵੀ ਮੈਂ ਇੱਕ ਬਹੁਤ ਵੱਡਾ ਪਲੇਅਰ ਬਣਨਾ, ਮੈਂ ਇਹ ਕਰਨਾ, ਔਰ ਉਹਦੇ 'ਤੇ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ, ਅਤੇ ਜਿਹੜੇ ਬੰਦੇ ਇਮਾਨਦਾਰ ਹੁੰਦੇ ਆ ਵੀ ਜਿਹੜੀ ਸਾਡੇ ਤੋਂ ਕਮੀ ਰਹੇਗੀ ਉਹ ਇਹ ਬੰਦੇ ਪੂਰੀ ਕਰ ਦੇਣ, ਉਹ ਬੰਦੇ ਫਿਰ ਕਬੱਡੀ ਦੇ ਵਿੱਚ ਅਗਾਂਹ ਵਧੂ ਚੱਲਦੇ ਆ ਹਨਾ। ਨਹੀਂ ਤਾਂ ਮੈਂ ਕੋਈ ਪਲੇਅਰ ਵੇਖਿਆ ਉਹਨਾਂ ਨੇ ਮਤਲਬ ਵੀ ਇੱਦਾਂ ਦਾ ਨਹੀਂ ਕੀਤਾ ਕਿਸੇ ਨੇ, ਅਗਲਾ ਕਹਿੰਦਾ ਠੀਕ ਆ ਆਪਦੇ ਏਰੀਏ 'ਚ ਇੱਕ ਹੀ ਨਾਂ ਆਉਣਾ ਚਾਹੀਦਾ ਵੀ ਜੇ ਪਿੰਡ ਦਾ ਨਾਂ ਆਵੇ ਅਗਲਾ ਕਿ ਹਾਂ, ਸਾਡੀ ਵਜ੍ਹਾ ਕਰਕੇ ਕੋਈ ਬੰਦਾ ਪਲੇਅਰ ਬਣ ਜਾਂਦਾ, ਤੇ ਅਸੀਂ ਉਸ ਬੰਦੇ ਨੂੰ ਕੁਦਰਤ ਨੇ ਡਿਊਟੀ ਲਾਈ ਹੋਈ ਹੈ, ਜੇ ਆਪਾਂ ਇੱਥੇ ਬੈਠੇ ਆਪਾਂ ਡਿਊਟੀ ਨਹੀਂ ਕਰਦੇ ਨਾ ਰੱਬ ਉੱਥੋਂ ਡੇਗ ਵੀ ਦਿੰਦਾ। ਹਾਂ, ਜੇ ਤੂੰ ਤਕੜਾ ਹੋ ਗਿਆ ਨਾ ਤੂੰ ਸਹੀ ਡਿਊਟੀ ਆਪਦੀ ਨਿਭਾ, ਰੱਬ ਤਰੱਕੀ ਦੇਈ ਜਾਂਦਾ। ਹਾਂ, ਇਹ ਤਾਂ ਡਿਊਟੀਆਂ ਨੇ, ਜੇ ਪਾਵਰ ਦਿੱਤੀ ਆਪਾਂ ਨੂੰ, ਜੇ ਆਪਾਂ ਪਾਵਰ ਸਹੀ ਪਾਸੇ ਨਹੀਂ ਲਾਵਾਂਗੇ ਤਾਂ ਗਲਤ ਪਾਸੇ ਜਾਊਗਾ। ਆ ਜਾਓ, ਇਹ ਤਾਂ ਬਾਰ ਬੂਟੇ ਖੁੱਲੀ ਬੈਠੇ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਵਧੀਆ ਵਧੀਆ, ਬੜਾ ਪੰਜਾਬੀ ਕਲਚਰ ਸੰਭਾਲਿਆ, ਬੱਤਿਆਂ ਵਾਲੀਆਂ ਟਰੱਪਾਂ ਜੀ ਵੇਖੀਆਂ ਨੇ। ਹਾਂ,
ਵਾਹ ਵੀ ਵਾਹ ਆਏ ਹਾਏ ਚਾਦਰਾਂ ਚਾਦਰਾਂ ਰਹਿ ਗਈ ਵਿਛਾਉਣੇ ਝਾੜ ਕੇ ਆਹ ਦੇਖੋ ਛੋਟਾ ਜਿਹਾ ਆਹ ਖੜਾ ਪਤਲੀਆਂ ਹੀ ਆ ਲੱਤਾਂ ਨੇ ਇਹਦੀਆਂ ਖੜਾ ਜਾ ਹਾਂ ਕਿਹੜਾ ਆਹ ਸੀ ਇਹ ਆਹ ਤਾਂ ਲੱਭੀ ਬੈਠਾ ਆਹ ਵਿਚਾਲੇ ਮੈਂ ਬੈਠਾ ਅੱਛਾ ਅੱਛਾ ਹਾਂ ਹਾਂ ਆਹ ਇੱਥੇ ਵੱਡਾ ਹੋ ਗਿਆ ਸੀ ਆਹ ਖੜਾ ਮੇਰੇ ਮਾਂ ਖੜਾ ਲੱਭੀ ਦਾ ਸਨਮਾਨ ਕਰਿਆ ਸੀ ਓਦੋ ਇਹਨੂੰ ਲੱਭੀ ਨੂੰ ਚੈਨੀ ਪਾਈ ਸੀ ਜਦੋਂ ਇਹ ਵਰਲਡ ਕੱਪ ਦੇ ਵਿਚ ਆਪਣਾ ਕੈਨੇਡਾ ਤੋਂ ਬਹੁਤ ਧੰਨਵਾਦ ਜੀ ਸਾਡੇ ਲੈ ਪਹੁੰਚੇ ਨਹੀਂ ਬਾਈ ਨੇ ਪਹੁੰਚਾਇਆ ਜੀ ਦੇਖੋ ਪਤਾ ਬਹੁਤ ਵਧੀਆ ਮਿਹਨਤ ਕਰੀ ਆ ਜੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਜਿਵੇਂ ਇਹ ਮਤਲਬ ਇਹ ਸੇਮੀ ਕਲਾਸ ਦੇ ਵਿੱਚ ਆ ਗਏ ਸੀ ਉੱਧਰ ਮੈਂ ਸਕੂਲ ਦੇ ਵਿੱਚ ਨੈਸ਼ਨਲ ਸਟੈਲ ਦਾ ਕੈਂਪ ਲਾਉਂਦਾ ਰਹਿੰਦਾ ਸੀ ਸੇਮੀ ਕਲਾਸ ਦੇ ਵਿੱਚ ਆ ਗਏ ਸੀ ਇਹ ਅਤੇ ਚਾਰ ਸਾਲਾਂ ਵਾਂਗੂ ਚਾਰ ਪੰਜ ਸਾਲ ਖੇਡਦੇ ਰਹੇ ਨੇ ਮਤਲਬ ਅਤੇ ਵਧੀਆ ਤਕੜੇ ਹੋ ਗਏ ਖੇਡਦੇ ਖੇਡਦੇ ਵਧੀਆ ਤਕੜੇ ਹੋ ਗਏ ਅਤੇ ਵਧੀਆ ਗੇਮ ਵਧੀਆ ਸੋਹਣੀ ਹੋ ਗਈ ਇਹਨਾਂ ਦੀ ਅਤੇ ਇੱਥੇ ਪਿਸੌੜ ਆਪਣੇ ਜ਼ੋਨ ਹੈ ਪਿਸੌੜ ਜ਼ੋਨ ਹੈ ਆਪਾਂ ਨੂੰ ਸਾਨੂੰ ਕਬੱਡੀ ਉੱਥੇ ਲਿਜਾਣੀ ਪੈਂਦੀ ਹੈ ਟੀਮ ਅਤੇ ਉੱਥੇ ਜਦੋਂ ਇਹਨਾਂ ਦਾ ਮੈਚ ਸੀ ਕਿਸੇ ਟੀਮ ਨਾਲ ਹੁਣ ਯਾਦ ਨਹੀਂ ਹੈਗਾ ਕਿਹਦੇ ਨਾਲ ਸੀ ਅਤੇ ਉਹ ਲੱਗ ਗਏ ਨਾ ਜਦੋਂ ਜਿਹੜੀ ਸਾਈਡ ਨਿੰਦੀ ਸੀ ਇਹਨੇ ਸੈਂਟਰ ਖੇਡਣਾ ਸੀ ਅਤੇ ਜਿਹੜੀ ਸਾਈਡ ਨਿੰਦੀ ਸੀ ਉਹ ਦੂਸਰੀ ਸਾਈਡ ਟੀਚਰ ਬੈਠੇ ਸੀ ਜੋ ਰੈਵਰੀ ਜਾਂ ਕੁਛ ਵੀ ਹੈ ਨਾ ਹਾਂ ਉਹ ਬੈਠੇ ਸੀ ਅਤੇ ਉਹ ਡੈਕਸ ਹੁੰਦੇ ਆ ਪਹਿਲਾਂ ਅੱਗਿਓਂ ਉੱਚਾ ਪਿੱਛੋਂ ਨੀਵਾਂ ਬੈਠਣ ਵਾਸਤੇ ਜੋ ਉਹਦੇ ਉੱਤੇ ਬੈਠੇ ਸੀ ਮੈਂ ਉਹ ਸਾਈਡ 'ਤੇ ਗਿਆ ਉਹਨਾਂ ਨੂੰ ਟੀਚਰਾਂ ਨੂੰ ਕਿਹਾ ਮੈਂ ਵੀ ਤੁਸੀਂ ਵੀ ਥੋੜ੍ਹਾ ਪਿੱਛੇ ਕਰ ਲਓ ਅਤੇ ਵੀ ਇੱਥੇ ਬੰਦਾ ਆਊਗਾ ਇੱਥੇ ਵੀ ਬੰਦੇ ਆਉਣਗੇ ਇੱਥੇ ਤੱਕ ਉਹ ਕਹਿੰਦੇ ਐਡੀ ਅਸੀਂ ਤਾਂ ਬਹੁਤ ਦੂਰ ਬੈਠੇ ਹਾਂ ਵੀ ਐਡੀ ਦੂਰ ਬੰਦੇ ਕਿੱਥੇ ਆ ਜਾਣਗੇ ਮਹਾਂ ਜੀ ਮੈਨੂੰ ਪਤਾ ਵੀ ਇੱਥੇ ਬੰਦਾ ਆਊਗਾ ਅਤੇ ਵੀ ਤੁਸੀਂ ਹੋਰ ਪਿੱਛੇ ਕਰੋ ਕਹਿੰਦੇ ਇਹ ਤਾਂ ਬਹੁਤ ਜ਼ਿਆਦਾ ਪਿੱਛੇ ਉਹਨਾਂ ਨੇ ਮੇਰੀ ਨਹੀਂ ਸੁਣੀ ਹੈਗੀ ਮਾਸਟਰਾਂ ਨੇ ਕਿਸੇ ਨੇ ਨਹੀਂ ਮੇਰੀ ਗੱਲ ਸੁਣੀ ਮੈਂ ਚੁੱਪ ਕਰਕੇ ਆ ਗਿਆ ਮੈਂ ਚਲੋ ਕੋਈ ਗੱਲ ਨਹੀਂ ਉਹ ਪਹਿਲੀ ਕਬੱਡੀ ਉਹ ਪਰਲੀ ਸਾਈਡ 'ਤੇ ਪਾਤੀ ਕਿਸੇ ਨੇ ਬਸ ਇਹਨੇ ਤਾਂ ਆਪਦਾ ਗੋਲੀ ਵਾਂਗੂ ਜਾਣੀ ਸੀ ਇੰਨਾ ਸਪੀਡ ਨਾਲ ਜਾ ਕੇ ਲੱਗਿਆ ਉਹ ਉਹਨਾਂ ਦੀਆਂ ਲੱਤਾਂ ਦੇ ਵਿੱਚ ਅਗਲੇ ਡੈਕਸ ਦੇ ਫਰਨੀਚਰ ਦੀ ਲੱਤਾਂ ਦੇ ਵਿੱਚ ਜਾ ਕੇ ਫਸ ਗਿਆ ਮੁੰਡਾ ਉਹ ਫੜ ਕੇ ਮਾਸਟਰ ਵੀ ਬਾਹਾਂ ਤੋਂ ਫੜ ਫੜ ਕੱਢਣੇ ਪਏ ਉੱਥੋਂ ਨਾਲ ਮੁੰਡਾ ਵੀ ਦੋ ਜਣੇ ਨੇ ਫੜ ਕੇ ਵਿੱਚੋਂ ਖਿੱਚਿਆ ਸਦੋਂ ਇੰਨਾ ਫਸਾਤ ਆ ਜਾਣੀ ਇੰਨੀ ਪਾਵਰ ਸੀ ਸ਼ੁਰੂ ਹਾਂਜੀ ਹਾਂ ਇਹਨਾਂ ਪਾਵਰ ਨਾਲ ਜਾ ਕੇ ਅਤੇ ਉਹੀ ਇਹਦੀ ਆਦਤ ਹੈ ਉਵੇਂ ਲੱਗਦਾ ਇਹਨੂੰ ਐਂ ਵੀ ਕਹਿੰਦੇ ਰਹਿੰਦੇ ਸੀ ਵੀ ਤੂੰ ਜਦੋਂ ਫਰੈਂਡਲੀ ਇੱਥੇ ਮੈਚ ਖੇਡਦਾ ਜਾਂ ਕਿਵੇਂ ਵੀ ਤੂੰ ਹਲਕਾ ਲੱਗ ਨਿੰਦਰ ਵੀ ਤੂੰ ਹਲਕਾ ਲੱਗ ਵੀ ਕਿਸੇ ਦੇ ਸੱਟਣਾ ਕਹਿੰਦਾ ਬਈ ਮੈਨੂੰ ਪਤਾ ਨਹੀਂ ਕਿਉਂ ਮੈਥੋਂ ਤਾਂ ਐਂ ਲੱਗਿਆ ਜਾਂਦਾ ਵੀ ਸਪੀਡ ਨਾਲ ਹੀ ਲੱਗਿਆ ਜਾਂਦਾ ਵੀ ਹਰੇਕ ਨੂੰ ਵੀ ਹਲਕਾ ਲੱਗਿਆ ਨਹੀਂ ਜਾਂਦਾ ਹਲਕਾ ਕਦੇ ਲੱਗੇ ਨਹੀਂ ਹੈਗਾ ਜੇ ਸੜਕ ਸੀ ਆਪਣੇ ਉਹ ਜਿਹੜਾ ਗਰਾਊਂਡ ਸੀ ਇੱਥੇ ਜਿਵੇਂ ਆਹ ਕੰਧ ਹੁੰਦੀ ਸੀ ਨਾ ਤੇ ਦੂਲਾ ਅੱਗੇ ਬਸ ਕੰਧ ਤੋਂ ਅੱਗੇ ਬਸ ਸੜਕ ਸੀ ਸੜਕ ਤੇ ਸਾਨੂੰ ਦੀਂਦਾ ਨਹੀਂ ਹੁੰਦਾ ਸੀ ਵੀ ਲੰਘ ਕੀ ਰਿਹਾ ਉੱਪਰ ਪਿੱਪਲ ਸੀ ਪਿੱਪਲ ਤੋਂ ਕਣੀਆਂ ਡਿੱਗਦੀਆਂ ਸੀ ਧੁੰਦ ਕਰਕੇ ਪਾਣੀ ਡਿੱਗ ਰਿਹਾ ਕੱਪੜੇ ਕੱਢ ਕੇ ਇਹਦੇ ਲੱਭੀ ਲੱਭੀ ਚਿੱਟੇ ਕਪੜਨਾ ਵਾਲਾ ਹੁੰਦਾ ਸੀ ਉਹ ਵਾਟਣ ਜਿਹਾ ਹੁੰਦੇ ਸੀ ਉਦੋਂ ਤੇ ਉਹਦੀ ਕਮੀਜ਼ ਕੱਢ ਦਿਆ ਕਰੇ ਰੇਡ ਪਾ ਲਿਆ ਪਾ ਦਿਆ ਕਰੇ ਆ ਕੇ ਸਹੀ ਦਿਨ ਫੇਰ ਲਵਾ ਦਿਆ ਕਰੀ ਉਹ ਦਿਨਾਂ 'ਚ ਵੀ ਕੈਂਪ ਨਹੀਂ ਬੰਦ ਕਰਦੇ ਤੜਕੇ 6 ਵਜੇ ਜਿਹੜੀ ਉਦੋਂ ਇਹ ਪੂਰਾ ਕੁਛ ਦਿਨ ਨਹੀਂ ਹੁੰਦਾ 6 ਵਜੇ ਸਿਆਲ 'ਚ ਕਿੱਥੇ ਦਿੰਦਾ ਸੀ ਧੁੰਦ ਦੇ ਵਿੱਚ 6 ਵਜੇ ਨੂੰ ਇਹ ਉੱਥੇ ਹੁੰਦੇ 6:30 ਪਾਣੀ ਡਿੱਗਦਾ ਹੁੰਦਾ ਤਾਂ ਨੰਗੇ ਪਿੰਡੇ ਇਹਨਾਂ ਨੇ ਬਸ ਐਂ ਕਰਨਾ ਇੰਨੀ ਧੁੰਦ ਦੇ ਵਿੱਚ ਇਹੋ ਜਿਹੇ ਦਿਨ ਕੱਟੇ ਹੋਏ ਇਹਨਾਂ ਦੇ ਫਿਰ ਕਿਤੇ ਜਾ ਕੇ ਆਪਣਾ ਕਹਿਤਾ ਦਿੰਦਾ ਵੀ ਨਿੰਦੀ ਇੰਨਾ ਤਕੜਾ ਸੀ ਲੱਭੀ ਇੰਨਾ ਤਕੜਾ ਸੀ ਪਰ ਲੱਭੀ ਵੀ ਜਣੀ ਐਂ ਲਾ ਲਓ ਅੱਜ ਤੱਕ ਮੈਨੂੰ ਲੱਭੀ ਵਰਗਾ ਕੋਈ ਰਿੱਡ ਨਹੀਂ ਮਿਲਿਆ ਕੋਈ ਬੰਦਾ ਨਹੀਂ ਮਿਲਿਆ ਅੱਜ ਤੱਕ ਵੀ ਉਹਦੇ ਇੰਨਾ ਤਕੜਾ ਉਹਦੇ ਵਰਗੀ ਗੇਮ ਉਹਦੇ ਇੰਨਾ ਸੋਹਣਾ ਖੇਡਣ ਵਾਲਾ ਉਹ ਜਾਣੀ ਜ਼ਿੰਦਗੀ 'ਚ ਬੜਾ ਕੁਛ ਮਿਲ ਜਾਂਦਾ ਬੰਦੇ ਨੂੰ ਪਰ ਫਿਰ ਵੀ ਕੋਈ ਨਾ ਕੋਈ ਕਮੀ ਰਹਿ ਜਾਂਦੀ ਨਿੰਦੀ ਹੈ ਤੈਨੂੰ ਕੀ ਲੱਗਦਾ ਵੀ ਤੇਰੀ ਜ਼ਿੰਦਗੀ 'ਚ ਕਿਹੜੀ ਕਮੀ ਰਹਿ ਗਈ ਕਿਹੜੀ ਪੇਸ਼ੀ ਰਹਿ ਗਈ ਪਰਮਾਤਮਾ ਨੇ ਜਿਵੇਂ ਮਾਤਾਉਣੀਆਂ ਦੀ ਹੈ ਨਾ ਡੈਥ ਹੋ ਗਈ ਸੀ ਉਹਦੇ ਕਰਕੇ ਉਹ ਘੱਟ ਸਭ ਤੋਂ ਵੱਡੀ ਹੈ ਨਾ ਜਿਵੇਂ ਹੁਣ ਜ਼ਿਆਦਾ ਨਾਮ ਹੋਰ ਵੀ ਬਹੁਤ ਜਿੱਤੇ ਜਾਂ ਮੱਝ ਜਿੱਤੀ ਹੈ ਨਾ ਵੀ ਸਾਰਿਆਂ ਨੂੰ ਵਧੀਆ ਲੱਗੀ ਆਪਾਂ ਨੂੰ ਅਤੇ ਵੀ ਮਾਤਾਉਣੀ ਹੁੰਦੇ ਹੈ ਨਾ ਵੀ ਚੱਲ ਸਾਡੇ ਵਿਆਹ ਦੇਖ ਜਾਂਦੇ ਅਤੇ ਚੱਲ ਅੱਜ ਜਿਵੇਂ ਹੁਣ ਜਿੱਤੀ ਆ ਮੱਝ ਹੈ ਨਾ ਮੁੜ ਕੇ ਇਹਦਾ ਧਾਰਾਂ ਉਹ ਚਾਹੁੰਦੇ ਆਪ ਹੈ ਨਾ ਵੀ ਉਹ ਚੀਜ਼ਾਂ ਦੀ ਘਾਟ ਲੜਕਦੀ ਸਾਨੂੰ ਪਤਾ ਹੈ ਨਾ ਪੈਸਾ ਤਾਂ ਕਾਮਯਾਬ ਤਾਂ ਬਹੁਤ ਹੋ ਗਈ ਪਰ ਤੁਹਾਨੂੰ ਪਤਾ ਵੀ ਬੰਦਾ ਨਹੀਂ ਮੁੜਦਾ ਬਈ ਪੈਸਾ ਤਾਂ ਬਥੇਰਾ ਆ ਜਾਂਦਾ ਹੈ ਨਾ ਬੰਦਾ ਨਹੀਂ ਜਿਹੜਾ ਵੱਗ ਗਿਆ ਉਹ ਨਹੀਂ ਵਾਪਸ ਆਉਂਦਾ ਬਸ ਬਸ ਆਹੀ ਘਾਟ ਲੜਕਦੀ ਆ ਬਾਈ ਬਾਕੀ ਕਿਰਪਾ ਬਾਬੇ ਦੀ ਪੂਰੀ ਵਧੀਆ ਸਭ ਬਾਕੀ ਸੰਤੁਸ਼ਟ ਆਪਾਂ ਨੂੰ ਨਿੱਘੀ ਤੌਰ 'ਤੇ ਹੈ ਨਾ ਬਸ ਆ ਮਾਤਾ ਦੀ ਘਾਟ ਹੈ ਜੀ ਜ਼ਰੂਰ ਬਾਕੀ ਠੀਕ ਹੈ ਸਰ ਆਹ ਮੱਝ ਮੈਂ ਤੁਹਾਨੂੰ ਵਿਖਾ ਰਿਹਾ ਜਿਹੜੀ ਬਾਈ ਨੇ ਬੈਸਟ ਜਾਪੀ ਦੇ ਤੌਰ 'ਤੇ ਜਿੱਤੀ ਢੁੱਡਾਈਆਂ ਮਾਰੀ ਜਾਂਦੀ
ਵੀ ਭਾਈ ਮੇਰੇ ਕੋਲ ਆ ਨਹੀਂ ਦੀ ਨਹੀਂ ਮੈਂ ਆ ਕਰ ਦਿੰਦਾ ਆ ਕਰ ਦਾਂ ਹੁਣ ਤੇ ਸਹਿਜੀ ਕੋਲੇ ਕੁਛ ਨਹੀਂ ਦੀ ਸਹਿਜੀ ਘਰੇ ਬੈਠਾ ਰਹਿੰਦਾ ਹਾਂ ਇਹ ਕੀ ਕਰਨਾ ਇਹ ਕਰ ਲੈਣਾ ਹੁਣ ਇਹਨੂੰ ਕੋਈ ਕੋਈ ਨਹੀਂ ਜਾਣਦਾ ਹਾਂ ਹਿੰਮਤ ਸਭ ਤੋਂ ਵੱਡੀ ਚੀਜ਼ ਆ ਭਾਈ ਹਾਂ ਠੀਕ ਹੈ ਜੀ ਆਪਾਂ ਕਹੀਏ ਵੀ ਆਪਾਂ ਕਿਸੇ ਨੂੰ ਨਾਂ ਲਾ ਦਿੰਦੇ ਹਾਂ ਵੀ ਕਾਮਯਾਬੀ ਨੂੰ ਮੈਂ ਆ ਚੀਜ਼ ਕਰਕੇ ਨਹੀਂ ਹੁਣ ਭਾਈ ਅੱਜ ਤਾਂ ਦੋਸ਼ ਦੇ ਹੀ ਜਾਂਦਾ ਫਿਰ दोष पता केड़ी चीज नूं ग्राउंड काल कहिंदा ग्राउंड काल दस तू ग्राउंड नूं कसूर कढ गया बंदा ग्राउंड नूं दोष देता ओ प्लेयर नहीं नहीं ग्राउंड नूं कसूर कढ गया तू मन भी भाई हां मैं फट्टा मैं तां जप्पे कर देने कोई भी बंदा पर आप दी गलती नहीं मानदा उहने देखा भी हुण मैं केड़ी चीज दा नाम लावां बस आ चीज आ आप दी गलती मन्नो नूं सुधारो यार नहीं जी आपां खेड्यां आपां ग्राउंड जाके कि जफे पे भी आते कि हूं उ अज रेता गा ये पट्टा हां दूजे का पट्टा ही जोर चाहिए है ना जेसीबी छद के घा पटाइए ਬਈ ਬੰਦਾ ਅਗਲਾ ਤੈਨੂੰ ਬੁੱਧ ਨਹੀਂ ਹਟ ਜੂ ਗਿਆ ਮੈਨੂੰ ਗਲਤ ਲੱਗਿਆ ਮੈਨੂੰ ਇਹਨੇ ਕਿਉਂ ਗਲਤ ਕਹਿਤਾ ਇੱਥੇ ਵੀ ਤੂੰ ਖੁਸ਼ ਹੋ ਵੀ ਵੀ ਤੇਰੀ ਗਲਤੀ ਦੱਸਤੀ ਵੀ ਮੈਂ ਸੁਧਾਰੂਗਾ ਆ ਜੀ ਜੀ ਦੀ ਘਾਟ ਜੇ ਪਲੇਅਰ ਨੂੰ ਵੀ ਕਿਸੇ ਨੂੰ ਕਹਿੰਦੇ ਆ ਜੀ ਮਾੜਾ ਤੂੰ ਮੁੜ ਕੇ ਗੁੱਸਾ ਕਰਦੇ ਨੇ ਨਾ ਕਿ ਐ ਕਹਿੰਦੇ ਨੇ ਵੀ ਯਾਰ ਵੀ ਤਾਂ ਮੇਰੀ ਗਲਤੀ ਦੱਸੀ ਤੇਰਾ ਧੰਨਵਾਦ ਵੀ ਮੈਂ ਇਹਨੂੰ ਸੁਧਾਰੂ ਮੇਰੀ ਸੁਧਾਰੂਗਾ ਨਾ ਇਹਨੇ ਮੈਨੂੰ ਕਿਹਾ ਕਰ ਤੂੰ ਜੇ ਕਹਿੰਦਾ ਵੀ ਭਾਈ ਕਬੱਡੀ ਇਸ ਕਰਕੇ ਛੱਡਦੀ ਵਿਚਾਰਿਆਂ ਨੇ ਵੀ ਉਹ ਕਹਿੰਦੇ ਮਤਲਬ ਵੀ ਸਾਡਾ ਤਾਂ ਬਾਹਰ ਦਾ ਵੀਜ਼ਾ ਨਹੀਂ ਲੱਗਿਆ ਬਾਈ ਕਬੱਡੀ ਮੈਂ ਜਿੰਨੀ ਟਾਈਮ ਹੈਗੀ ਆ ਖੇਡੀ ਜਾਂਦੇ ਮੈਂ ਚੱਕਰ ਆ ਇਹ ਸੇਵਾ ਕਰ